ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਸੇਵਕ ਸਿੰਘ, ਪੰਜਾਬਾ, ਤਹਿਸੀਲ ਅਬੋਹਰ, ਡਿਸਟ੍ਰਿਕਟ ਫਾਜ਼ਿਲਕਾ। ਅੱਜ ਜੋ ਇਹ ਬਦਭਾਗੀ ਘਟਨਾ ਇਹਨਾਂ ਨੇ ਟੋਲ ਵਾਲਿਆਂ ਨੇ ਬਠਿੰਡਾ ਮਲੋਟ ਰੋਡ 'ਤੇ ਕੀਤੀ ਆ, ਇਹ ਬੱਲੂਆਣਾ ਟੋਲ ਪਲਾਜ਼ਾ ਦੇ ਨਾਂ ਨਾਲ ਵੱਜਦਾ। ਇਸ ਟੋਲ ਪਲਾਜ਼ੇ 'ਤੇ ਫਾਸਟੈਗ ਦੇ ਵਿੱਚ ਰੀਚਾਰਜ ਖਤਮ ਹੋਣ ਦੀ ਵਜ੍ਹਾ ਕਰਕੇ ਇੱਕ ਇੰਨੀ ਇਹਨਾਂ ਰਿਕੁਐਸਟ ਕੀਤੀ ਕਿ ਅਸੀਂ ਰੀਚਾਰਜ ਗੱਡੀ ਅੱਗੇ ਕਰਕੇ ਕਰ ਲੈਂਦੇ ਹਾਂ ਤਾਂ ਤੁਸੀਂ ਸਕੈਨ ਕਰ ਲਿਓ। ਗੱਡੀ ਅੱਗੇ ਕਰਨ ਦੇ ਸਾਰੀ ਇਹਨਾਂ ਨੇ ਡਾਂਗ ਮਾਰ ਕੇ ਗੱਡੀ, ਨਵੀਂ ਗੱਡੀ 'ਤੇ ਡੈਮੇਜ ਪਾ ਤਾ, ਔਰ ਗੁਰਸਿੱਖ ਪਰਿਵਾਰ ਦੇ ਨਾਲ ਹੱਥੋਂ ਪਾਈ ਹੋਏ ਆ, ਉਹਨਾਂ ਦੀ ਇਨਸਲਟ ਕੀਤੀ ਆ, ਔਰ ਇੱਥੋਂ ਤੱਕ ਕਿ ਮਾਰਨ ਤੱਕ ਵੀ ਗਏ ਨੇ। ਗੁਰਸਿੱਖ ਪਰਿਵਾਰ ਸੀ, ਡਾਂਗਾਂ ਵੀ ਮਾਰੀਆਂ ਇਹਨਾਂ ਨੇ। ਦੂਜੀ ਗੱਲ ਇਹ ਆ ਵੀ ਇਹ ਦਿਨ ਬ ਦਿਨ ਇਹੋ ਜਿਹੀਆਂ ਘਟਨਾਵਾਂ ਟੋਲਾਂ 'ਤੇ ਹੋ ਰਹੀਆਂ ਕਿ ਇਹ ਗੁੰਡਾਗਰਦੀ ਕਰ ਰਹੇ ਨੇ। ਜਿਹੜਾ ਬੰਦਾ 20 ਲੱਖ ਦੀ 30 ਲੱਖ ਦੀ ਗੱਡੀ ਲੈ ਸਕਦਾ ਕਿ ਉਹ ਤੁਹਾਡਾ 100-50 ਟੋਲ ਨਹੀਂ ਦੇ ਸਕਦਾ? ਇਹਨਾਂ ਸਿਆਸਤ ਧੱਕਾ ਕੀਤਾ। ਜਿੰਨਾ ਚਿਰ ਇਸ ਪਰਿਵਾਰ ਨੂੰ ਸੰਤੁਸ਼ਟੀ ਨਹੀਂ ਹੁੰਦੀ ਉਹਨਾਂ ਚਿਰ ਲਈ ਇਹ ਟੋਲ ਅਣਮਿੱਥੇ ਸਮੇਂ ਲਈ ਬੰਦ ਕੀਤਾ ਗਿਆ। ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦਾ ਵੀ ਇਸ ਗੱਲ 'ਤੇ ਸੀਰੀਅਸ ਲਿਆ ਜਾਵੇ ਇਸ ਗੱਲ ਨੂੰ। ਇਹ ਹਰ ਰੋਜ਼ ਦੀਆਂ ਘਟਨਾਵਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਬੇਅਦਬੀ ਕੀਤੀ ਗਈ ਹੈ ਗੁਰਸਿੱਖ ਪਰਿਵਾਰ ਦੀ ਵੀ, ਅਤੇ ਅਸੀਂ ਉਸ 'ਤੇ ਬੇਅਦਬੀ ਦਾ ਪਰਚਾ ਵੀ ਕਰਵਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ, ਕਾਰਡ ਵੀ ਲੈ ਲਿਆ ਨੇ, ਸਭ ਕੁਛ ਦੇਖ ਲਿਆ, ਕਹਿੰਦੇ ਗੱਡੀ ਸਾਈਡ 'ਤੇ ਲਾ ਲਓ, ਜਾਂ ਗੱਡੀ ਸਾਈਡ 'ਤੇ ਲਾਈ, ਇਹਨਾਂ ਨੇ ਸਾਡਾ ਕੱਢ ਕੇ ਡੰਡੇ ਨਾਲ ਸਾਡੀ ਗੱਡੀ ਭੰਨੀ ਹੈ, ਝੀਟਾਂ ਪਾਈਆਂ ਨੇ। ਫਿਰ ਜੇ ਅਸੀਂ ਗੱਲ ਕਰਨਾ ਹੈ ਤਾਂ ਸਾਨੂੰ ਹੁਮਾ ਕੇ ਪੈ ਗਏ, ਬੱਚਿਆਂ ਨੂੰ ਮਾਰਨ ਆ ਗਏ। ਅੱਛਾ ਜੀ, ਅਜੇ ਕਹਿੰਦੇ ਚਲੋ ਥਾਣੇ 'ਚ, ਪੁਲਿਸ ਪਹਿਲਾਂ ਇਹਨਾਂ ਨੇ ਆਪ ਬੁਲਾਈ ਹੈ, ਚਲੋ ਕਹਿੰਦੇ ਤੁਹਾਡੇ ਥਾਣੇ 'ਚ ਸਮਝੌਤਾ ਕਰਦੇ, ਅਸੀਂ ਤਾਂ ਕਿਉਂ ਥਾਣੇ 'ਚ ਆਈਏ, ਇੱਥੇ ਕਰਾਂਗੇ ਅਸੀਂ। ਇਹ ਤਾਂ ਸਾਡੇ ਪਿੱਛੇ ਗੱਡੀਆਂ ਨੇ ਖੜ ਕੇ। ਅਸੀਂ ਸਮਾਣੇ ਤੋਂ ਚੱਲੇ ਹਾਂ, ਇੱਥੇ ਅਬੋਹਰ ਜਾਣਾ ਸੀ, ਅਸੀਂ ਸਰਵਰ ਖੂਹਾਂ ਰਜਿਸਟਰੀ ਕਰਾਉਂਦੇ। ਇੱਥੇ ਜਦੋਂ ਅਸੀਂ ਗੱਡੀ ਲੰਘਾਉਣ ਲੱਗੇ, ਉਹ ਪਿਛਲੇ 2 ਟੂਲ ਪਲਾਜ਼ਿਆਂ 'ਤੇ ਉਹ ਜਿਹੜਾ ਕਾਰਡ ਜਿਹਾ ਸੀ ਉਹ ਪੂਰਾ ਹੋ ਚੁੱਕਿਆ। ਇੱਥੇ ਅਸੀਂ ਕਹਿੰਦੇ ਵੀ ਗੱਡੀ ਰੋਕੋ, ਅਸੀਂ ਅਗਾਂਹ ਕਰਕੇ ਗੱਡੀ ਰੋਕ ਲੈਂਦੇ ਹਾਂ। ਗੱਡੀ ਰੋਕੀ, ਅਸੀਂ ਇਹਨਾਂ ਕਿਹਾ ਵੀ ਇਹਨਾਂ ਗੱਡੀ ਰੋਕਦੇ ਰੋਕਦੇ ਡੰਡਾ ਮਾਰੇ ਗੱਡੀ। ਅਸੀਂ ਕਿਹਾ ਕਿ ਡੰਡਾ ਕਿਉਂ ਮਾਰਿਆ? ਇਹ ਸਾਡੇ ਮੁੰਡੇ ਗਲ ਪੈ ਗਏ। ਇਹਨਾਂ ਨੇ ਧੱਕਾ ਕਰਿਆ, ਪ੍ਰਸ਼ਾਸਨ ਇਹਨਾਂ 'ਤੇ ਕਾਰਵਾਈ ਕਰੇ, ਇਹ ਟੂਲ ਪਲਾਜ਼ਾ ਬੰਦ ਹੋਣਾ ਚਾਹੀਦਾ। ਇਹਨਾਂ ਨੇ ਹੀ ਸਾਡੇ ਨਾਲ ਧੱਕਾ ਕੀਤਾ। ਸਭ ਤੋਂ ਪਹਿਲਾਂ 'ਚ ਮੈਂ ਹੀ ਇਹਨਾਂ ਨੂੰ ਕਿਹਾ ਸੀ ਵੀ ਅਸੀਂ ਰੀਚਾਰਜ ਕਰਾ ਦਿੰਦੇ ਹਾਂ ਫਾਸਟੈਗ 'ਚ ਸਾਈਡ 'ਤੇ ਲਾ ਕੇ। ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਨੇ ਕਾਰਡ ਵੀ ਉਹਨਾਂ ਨੂੰ ਦੇਤਾ ਜੀ। ਅਤੇ ਜਦੋਂ ਅਸੀਂ ਸਾਈਡ 'ਤੇ ਲਾਉਣ ਲੱਗੇ, ਇਹਨਾਂ ਦੇ ਵਿੱਚੋਂ ਇੱਕ ਮੁੰਡੇ ਨੇ ਆ ਕੇ ਗੱਡੀ ਦੇ ਡੰਡਾ ਮਾਰਿਆ। ਅਸੀਂ ਆ ਕੇ ਇੱਥੇ ਖੜ੍ਹ ਕੇ ਅਸੀਂ ਪੁੱਛਿਆ ਤੁਹਾਡਾ ਮਤਲਬ ਕੀ ਹੈ? ਮੈਂ ਕਿਹਾ ਮੈਨੇਜਰ ਨੂੰ ਬੁਲਾ ਬਾਈ, ਤੂੰ ਉਹਦੇ ਨਾਲ ਤੁਹਾਡਾ ਮਤਲਬ ਇਹ ਕੀ ਆ ਰੀਚਾਰਜ ਦਾ? ਇਹ 3-4 ਜਾਣੇ ਜਦੀ ਆਏ, ਕਹਿੰਦੇ ਕੋਈ ਗੱਲ ਨਹੀਂ ਦੱਸਦੇ ਹਾਂ ਤੁਹਾਨੂੰ। ਇਹਨਾਂ ਨੇ ਫਿਰ ਸਾਡੇ 'ਤੇ ਡਾਂਗਾਂ ਮਾਰੀਆਂ। ਬਾਈ ਹੁਣੀ ਉਹ ਤਾਂ ਖੜ੍ਹੇ ਸੀਗੇ ਇੱਥੇ ਮੌਕੇ ਦੇ ਉੱਤੇ, ਫਿਰ ਇਕੱਠ ਹੋਇਆ ਜੀ, ਤਾਂ ਸਾਰਿਆਂ ਨੇ ਸਾਡਾ ਸਾਥ ਦਿੱਤਾ। ਤੁਸੀਂ ਹੁਣ ਕੀ ਚਾਹੁੰਦੇ ਆ, ਕੀ ਹੋਣਾ ਚਾਹੀਦਾ? ਅਸੀਂ ਚਾਹੁੰਦੇ ਇਨਸਾਫ ਹੋਵੇ। ਪਹਿਲਾਂ ਤੋਂ ਜਿਹੜਾ ਮੁੰਡਾ ਗਾ ਉਹਨੇ ਹੋਰਾਂ ਨਾਲ ਵੀ ਬਹੁਤ ਬਦਤਮੀਜ਼ੀ ਕੀਤੀ, ਉਹਨੂੰ ਕੱਟਿਆ ਜਾਵੇ ਇੱਥੇ, ਅਤੇ ਟੋਲ ਪਲਾਜ਼ਾ ਬੰਦ ਹੋਵੇ ਅਤੇ ਪਰਚਾ ਹੋਵੇ ਇਹਨਾਂ ਦੇ। ਗੁਰਸਿੱਖ ਪਰਿਵਾਰ ਸੀਗਾ? ਹਾਂਜੀ ਹਾਂਜੀ। ਦਸਤਾਰਾਂ ਬੰਨੀਆਂ ਹੋਈਆਂ, ਧੱਕੇ ਮਾਰੇ ਗਏ, ਧੱਕੇ ਮਾਰੇ ਗਏ ਨਹੀਂ, ਦਸਤਾਰ ਉੱਤਰੀ ਆ ਜੀ, ਕੈਮਰੇ ਦੇ ਵਿੱਚ ਆਊਗਾ ਦਸਤਾਰ ਉੱਤਰੀ ਹੋਊਗਾ, ਧੱਕੇ ਨਾਲ ਗਿਰੇ ਵੀ ਨੇ ਭੂਆ ਜੀ ਹੁਣੀ, ਇਹਨਾਂ ਦਾ ਵੀ ਅੰਮ੍ਰਿਤ ਛਕਿਆ ਹੋਇਆ, ਸਭ ਦੇ ਉੱਤਰੇ। ਸਾਡੇ ਦੇ ਨਾਲ ਤਾਂ 2 ਬੱਚੇ ਸੀਗੇ ਅਤੇ 2 ਅਸੀਂ ਸੀਗੇ, ਦੱਸੋ। ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਮੈਂ ਕੁਲਦੀਪ ਸਿੰਘ ਨੇਤਾ, ਜ਼ਿਲ੍ਹਾ ਜਨਰਲ ਸਕੱਤਰ ਸ੍ਰੀ ਮੁਕਤਸਰ ਸਾਹਿਬ, ਬੀਜੇਪੀ ਕੋਠਾ, ਜਿਹੜਾ ਬੱਲੂਆਣਾ ਟੋਲ ਪਲਾਜ਼ਾ ਬਠਿੰਡਾ ਗੰਗਾਨਗਰ ਨੂੰ ਰੋਡ ਜਾਂਦੀ ਆ 7-7, ਅੱਜ ਜਿਹੜਾ ਕਿ ਉੱਥੇ ਘਟਨਾਕ੍ਰਮ ਹੋਇਆ,
ਇੱਕ ਪਰਿਵਾਰ ਦੀ ਗੱਡੀ ਭੰਨੀ ਗਈ ਹੈ। ਉਹ ਇੱਧਰੋਂ ਆ ਰਹੇ ਸੀਗੇ ਅਤੇ ਅੱਗੇ ਉਹਨਾਂ ਨੇ ਹੋਰ ਰਜਿਸਟਰੀ ਕਰਵਾਉਣੀ ਸੀਗੀ, ਉੱਥੇ ਟਾਈਮ ਲਿਆ ਸੀ ਤਹਿਸੀਲ ਦੇ ਵਿੱਚ। ਨਾਲ ਉਹਨਾਂ ਦੇ ਗੁਰਸਿੱਖ ਪਰਿਵਾਰ ਹੈ ਜਿਨ੍ਹਾਂ ਦੀਆਂ ਬੁੜੀਆਂ ਨੂੰ ਧੱਕੇ ਮਾਰੇ ਗਏ ਟੋਲ ਦੇ ਗੁੰਡਿਆਂ ਦੀਆਂ, ਜੋ ਉਹਨਾਂ ਦੀ ਬੇਇੱਜ਼ਤੀ ਕਰੀ ਗਈ ਹੈ। ਇਸ ਕਰਕੇ ਅਸੀਂ ਨਾਲ ਉਹਨਾਂ ਦੇ ਬੇਅਬਦੀ ਦਾ ਪਰਚਾ ਕਰਾਵਾਂਗੇ ਅਤੇ ਨਾਲ ਜਿਹੜੀ ਗੱਡੀ ਭੰਨੀ ਉਹਦਾ ਜਿੰਨਾ ਚੱਕਰ ਇਹ ਪਰਿਵਾਰ ਦੀ ਤਸੱਲੀ ਨਹੀਂ ਹੁੰਦੀ ਗੀ, ਉਨਾ ਚੱਕਰ ਬੀ ਕੇ ਯੂ ਖੋਸਾ ਨੂੰ ਇਹ ਟੋਲ ਫ੍ਰੀ ਰਹੂਗਾ ਅਣਮਿੱਥੇ ਸਮੇਂ ਲਈ। ਬੀ ਕੇ ਯੂ ਖੋਸਾ, ਟੋਲ ਕੰਪਨੀ ਦੇ ਗੁੰਡੇ, ਟੋਲ ਕੰਪਨੀ ਦੇ ਗੁੰਡੇ, ਬੀ ਕੇ ਯੂ ਖੋਸਾ, ਬੀ ਕੇ ਯੂ ਖੋਸਾ, ਬੀ ਕੇ ਯੂ ਖੋਸਾ। ਆਹ ਜਿਹੜਾ ਹੈਗਾ ਡੈਂਟ ਪਾਇਆ ਨਵੀਂ ਗੱਡੀ ਦੇ ਵਿੱਚ, ਆਹ ਦੇਖੋ ਹੋ ਗਿਆ ਇਹਦਾ। ਆਹ ਗੱਡੀ ਆ ਜੀ, ਇਹ ਜਮਾਂ ਬਿਲਕੁਲ ਨਵੀਂ ਗੱਡੀ ਲਈ ਸੀ। ਆਹ ਬਾਈ ਜੀ ਹੈ, ਹਾਂਜੀ ਅਸੀਂ ਨਾ ਜੀ ਉੱਥੇ ਜਾ ਰਹੇ ਸੀਗੇ, ਸਾਡਾ ਫਾਸਟ ਟੈਗ ਦੇ ਵਿੱਚੋਂ ਰੀਚਾਰਜ ਕਹਿੰਦੇ ਖਤਮ ਆ, ਇਹ ਕਹਿੰਦੇ ਅਸੀਂ ਕਿਹਾ ਚਲੋ ਸਾਈਡ 'ਤੇ ਲਾ ਕੇ ਅੱਗੇ ਅਸੀਂ ਰੀਚਾਰਜ ਕਰਦੇ ਹਾਂ, ਤੁਸੀਂ ਖੋਲੋ। ਅਸੀਂ ਸਾਈਡ 'ਤੇ ਲਾਉਣ ਲਈ ਗੱਡੀ ਇਹਨਾਂ ਦਾ ਅੱਗਾ ਚਲਾਇਆ, ਪਿੱਛੋਂ ਇੱਕ ਜਣੇ ਨੇ ਡੰਡਾ ਮਾਰਿਆ ਜੀ, ਬਹੁਤ ਖਿੱਚ ਕੇ ਇਹਦੇ 'ਤੇ। ਫਿਰ ਅਸੀਂ ਜਾ ਕੇ ਪੁੱਛਿਆ, ਮੈਂ ਕਿਹਾ ਤੁਹਾਡਾ ਇਹ ਮਤਲਬ ਕੀ ਹੈ, ਜਾਂ ਅਸੀਂ ਕਹਿ ਰਹੇ ਹਾਂ ਤੁਹਾਨੂੰ ਅਸੀਂ ਰੀਚਾਰਜ ਕਰਾ ਕੇ ਤੁਹਾਡਾ ਕਾਰਡ ਭਰਦੇ ਹਾਂ ਕਿ ਨਹੀਂ। ਇਹ ਨਾਲ ਦੀ ਨਾਲ ਟੁੱਟ ਕੇ ਪੈ ਗਏ। ਜਦੋਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਆਹ ਕਰਾਓ ਠੀਕ ਹੋਣ, ਤੁਸੀਂ ਤੁਹਾਡਾ ਮਤਲਬ ਕੀ ਆ, ਤੁਹਾਡਾ ਬੁਲਾਓ ਮੈਨੇਜਰ ਇਹ, ਅਤੇ ਇਹਨਾਂ ਦੀਆਂ ਜਿਹੜੀਆਂ ਕੁੜੀਆਂ ਬੈਠੀਆਂ ਨੇ, ਇੱਕ ਉਹ ਚੂੜੇ ਜਿਹੇ ਵਾਲੀ ਕੁੜੀ ਆ ਬਾਈ ਅਤੇ ਮੁੰਡਾ ਇੱਕ ਜਿਹੜਾ ਮੁੰਡਾ ਮੋਟਾ ਆ, ਉਹ ਦੋਵੇਂ ਜਣਿਆਂ ਨੇ ਡਾਂਗ ਚੱਕ ਕੇ ਪਹਿਲਾਂ ਮੇਰੇ ਮਾਰੀ ਆ ਜੀ। ਮੇਰੇ ਭੂਆ ਜੀ ਨੇ ਗੁਰਸਿੱਖ ਨੇ ਉਹਨਾਂ ਦੀ ਦਸਤਾਰ ਤਾਰ ਕੇ ਬੇਅਦਬੀ ਕੀਤੀ ਹੈ ਇਹਨਾਂ ਨੇ ਸਾਰਾ, ਇਹਨਾਂ ਦੇ ਅਸੀਂ ਪਰਚਾ ਕਰਾਉਣਾ ਹੀ ਤੇ ਆ ਬੰਦ ਕਰਨਾ। ਆਹ ਗੱਡੀ ਆ ਜੀ,